ਪੰਜਾਬ ਦੇ ਸਭ ਤੋਂ ਵੱਡੇ ਟੋਲ ਪਲਾਜ਼ੇ ਲਾਡੋਵਾਲ ਦੇ ਇੱਕ ਵਾਰ ਫਿਰ ਤੋਂ ਰੇਟ ਵਧੇ ਨੇ, ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਰੋਹ ਦੇ ਵਿੱਚ ਨੇ। ਸ਼ਨੀਵਾਰ ਤੱਕ ਦਾ ਸਮਾਂ ਦੇ ਦਿੱਤਾ ਕਿ ਜੇਕਰ ਰੇਟ ਦੇ ਵਿੱਚ ਕਟੌਤੀ ਨਾ ਕੀਤੀ ਗਈ ਤਾਂ ਐਤਵਾਰ ਨੂੰ ਇੱਥੇ ਪੱਕਾ ਧਰਨਾ ਲੱਗੇਗਾ, ਟੋਲ ਫਰੀ ਕਰਵਾਇਆ ਜਾਵੇਗਾ। ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ, ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਟੋਲ ਪਰਚੀ ਦੇ ਰੇਟਾਂ ਦੇ ਵਿੱਚ ਇਜ਼ਾਫਾ ਹੋਣ ਤੋਂ ਬਾਅਦ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਵੱਲੋਂ ਇਹ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸ਼ਨੀਵਾਰ ਤੱਕ ਜੇਕਰ ਟੋਲ ਪਲਾਜ਼ੇ ਦੇ ਰੇਟ ਨਾ ਘਟਾਏ ਗਏ ਤਾਂ ਉਹਨਾਂ ਦੇ ਵੱਲੋਂ ਇੱਥੇ ਪੱਕਾ ਧਰਨਾ ਲਗਾਇਆ ਜਾਵੇਗਾ, ਟੋਲ ਫਰੀ ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਲੋਕ ਹਰ ਤਰ੍ਹਾਂ ਦਾ ਟੈਕਸ ਦਿੰਦੇ ਨੇ, ਫਿਰ ਕਿਉਂ ਟੋਲ ਪਲਾਜ਼ਾ ਦੀ ਪਰਚੀ ਦੇ ਵਿੱਚ ਇਜ਼ਾਫਾ ਕੀਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ, ਜਿਸ ਦੇ ਰੇਟ ਵਧੇ ਨੇ, ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਥੇ ਧਰਨਾ ਲਗਾਇਆ ਜਾਵੇਗਾ। ਸ਼ਨੀਵਾਰ ਤੱਕ ਦਾ ਟਾਈਮ ਆ ਜਿਹੜਾ ਉਹ ਦੇ ਦਿੱਤਾ ਕਿ ਜੇਕਰ ਰੇਟ ਦੇ ਵਿੱਚ ਕਟੌਤੀ ਨਾ ਕੀਤੀ ਗਈ ਤਾਂ ਐਤਵਾਰ ਨੂੰ ਕਿਸਾਨਾਂ ਦੇ ਵੱਲੋਂ ਪੱਕਾ ਇੱਥੇ ਧਰਨਾ ਲਗਾਇਆ ਜਾਵੇਗਾ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਅਸੀਂ ਗੱਡੀ ਖਰੀਦਦੇ ਹਾਂ ਜਾਂ ਕੋਈ ਮੋਟਰਸਾਈਕਲ, ਬਾਈਕ, ਕੋਈ ਵੀ ਚੀਜ਼ ਲੈਂਦੇ ਉਹਦਾ ਟੈਕਸ ਪੇ ਕਰ ਟੋਲ ਪਲਾਜ਼ਾ ਹੋਣਾ ਹੀ ਨਹੀਂ ਚਾਹੀਦਾ। ਤੇਲ ਪਾਉਂਦੇ ਹਾਂ ਉੱਥੇ ਟੈਕਸ, ਪਹਿਲਾਂ ਦੋ ਗੌਰਮੈਂਟਾਂ ਨੂੰ ਟੈਕਸ, ਪੰਜਾਬ ਸਟੇਟ ਨੂੰ ਵੱਖਰਾ ਦਿੰਦੇ ਹਾਂ, ਸੈਂਟਰ ਨੂੰ ਵੱਖਰਾ ਦਿੰਦੇ ਹਾਂ, ਫਿਰ ਉਸ ਤੋਂ ਬਾਅਦ 'ਚ ਜਦੋਂ ਕੋਈ ਉਹਦੀ ਰਿਪੇਅਰ ਕਰਾਉਂਦੇ ਹਾਂ ਉੱਥੇ ਵੀ ਟੈਕਸ ਦਿੰਦੇ ਹਾਂ, ਫਿਰ ਅਸੀਂ ਟੋਲ ਪਲਾਜ਼ਾ ਦਿੰਦੇ ਹਾਂ। ਚਲੋ ਟੋਲ ਪਲਾਜ਼ਾ ਜਾਇਜ਼ ਹੋਵੇ ਵੀ ਸਾਡੀਆਂ ਸੜਕਾਂ ਪੁਲ ਬਣਦੇ ਆ, ਚਲੋ ਕੋਈ ਗੱਲ ਨਹੀਂ, ਬੰਦਾ ਜਰ ਲੈਂਦਾ, ਪਰ 150 ਰੁਪਏ ਤੋਂ ਚੱਲਿਆ ਸੀ ਇਹ ਟੋਲ ਪਲਾਜ਼ਾ, ਅੱਜ 430 ਰੁਪਈਏ 'ਤੇ ਪਹੁੰਚ ਗਿਆ। ਜਿਹੜਾ ਪਾਸ 150 ਦਾ ਬਣਦਾ ਸੀ ਅੱਜ ਉਹ 320 ਰੁਪਏ ਦਾ ਬਣਦਾ। ਸਾਡੀ ਯੂਨੀਅਨ ਆ, ਸਾਡੀਆਂ ਗੱਡੀਆਂ ਫਰੀ ਲੰਘਦੀਆਂ, ਸਾਨੂੰ ਕੋਈ ਦੁੱਖ ਨਹੀਂ ਹੈ, ਸਾਨੂੰ ਕੋਈ ਪੰਗਾ ਲੈਣ ਦੀ ਲੋੜ ਵੀ ਨਹੀਂ। ਪਰ ਕਿਤੇ ਨਾ ਕਿਤੇ ਜਿਸ ਪਬਲਿਕ ਲਈ ਅਸੀਂ ਲੜਦੇ ਹਾਂ ਉਹ ਪਬਲਿਕ ਦੇ ਹਿੱਤ ਵੀ ਤਾਂ ਹੈਗੇ ਆ ਨਾ। ਪਰ ਇਹ ਫਲੋਰ ਜਾਣਾ ਵਾ, ਬੰਦੇ ਨੇ 200 ਦਾ ਤੇਲ ਲੱਗਦਾ, 430 ਦਾ ਟੂਲ ਆ, ਇਹ ਜਿਹੜੇ ਇਹ ਚੀਜ਼ਾਂ ਨੇ, ਇਹਦਾ ਕਰਕੇ ਅਸੀਂ ਇਹ ਐਲਾਨ ਕੀਤਾ ਵੀ ਜੇ ਤਾਂ ਤੁਸੀਂ ਸ਼ਨੀਵਾਰ ਤੱਕ ਘੱਟ ਕਰ ਦੋਗੇ ਤਾਂ ਠੀਕ ਆ, ਨਹੀਂ ਤਾਂ ਅਸੀਂ ਐਤਵਾਰ ਨੂੰ ਟੋਲ ਫਰੀ ਕਰ ਦਾਂਗੇ। ਜਿੰਨੇ ਦਿਨ ਤੁਸੀਂ ਟੋਲ ਦਾ ਰੇਟ ਸਹੀ ਨਹੀਂ ਕਰਦੇ ਉਨੇ ਦਿਨ ਫਰੀ ਰਹੋ। ਤੁਹਾਡੇ ਵੱਲੋਂ ਕਿੰਨਾ ਕੁ ਰੇਟ ਜਾਇਜ਼ ਰੱਖਿਆ ਗਿਆ ਜੀ? ਅਸੀਂ ਤਾਂ ਕਹਿੰਦੇ 150 ਰੁਪਈਆ ਜਾਇਜ਼ ਸੀਗਾ, 150 ਰੁਪਈਆ ਕਰ ਦਿਓ, 150 ਕਿਸੇ ਨੂੰ ਦੁਖਦਾ ਨਹੀਂ ਸੀਗਾ। ਚੱਲ ਦੇ ਕੇ ਨਾ, ਸਭ ਤੋਂ ਮਹਿੰਗਾ ਟੋਲ ਇਹੀ ਆ, ਸਭ ਤੋਂ ਮਹਿੰਗਾ ਟੋਲ ਪੰਜਾਬ ਦਾ ਇਹ ਆ, ਇਹ ਤੋਂ ਮਹਿੰਗਾ ਟੋਲ ਕੋਈ ਨਹੀਂ ਹੈਗਾ। ਹੋਰ ਦੇਖੋ ਜੀ, ਇਹਦੀ ਮਨਿਆਦ ਪੂਰੀ ਹੋਈ ਨੂੰ 2 ਸਾਲ ਹੋ ਗਏ, ਪਰ ਹਰ ਵਾਰੀ ਇਹਦੀ ਮਨਿਆਦ ਸਾਲ ਬਾਅਦ ਸਟੈਂਡ ਕੀਤੀ ਜਾਂਦੀ ਆ, ਅਤੇ ਇਹ ਤਾਂ ਸਰਕਾਰਾਂ ਮਿਲੀ ਭੁਗਤਾਂ, ਸਰਕਾਰਾਂ ਦੀ ਅਤੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਮਿਲੀ ਭੁਗਤਣਾ, ਇਹ ਚੱਲ ਰਿਹਾ ਸਾਰਾ ਕੁਛ, ਜਿੱਥੇ ਕਿ ਪਬਲਿਕ ਨੂੰ ਲੁੱਟ ਰਹੇ ਨੇ, ਪਬਲਿਕ ਨਾਲ ਧੱਕਾ ਕਰ ਰਹੇ ਨੇ, ਜਿਹਦੀ ਖਾਤਰ ਅਸੀਂ ਲੜਦੇ ਹਾਂ, ਸਾਡਾ ਮੋਰਚੇ ਵੀ ਲੱਗੇ ਆ, ਉਹ ਵੀ ਸਾਡੇ ਪਬਲਿਕ ਦੇ ਹਿੱਤਾਂ 'ਚ ਹੀ ਲੜ ਰਹੇ ਹਾਂ। ਜੇ ਸ਼ਨੀਵਾਰ ਬਿਲਕੁਲ ਪੱਕਾ ਲਾਵਾਂਗੇ, ਜਿੰਨੀਆਂ ਵੀ ਆ ਜਾਣ, ਐਲਾਨ ਕਰਤਾ ਅਸੀਂ, ਜਿੰਨੀਆਂ ਵੀ ਜਥੇਬੰਦੀਆਂ ਇਹ ਚਾਹੁੰਦੀਆਂ ਵੀ ਇਹ ਕੰਮ ਚੰਗਾ ਵਾ, ਉਹ ਸਾਰੀਆਂ ਨਾਲ ਆਏ ਨੇ ਸਾਡੇ ਕੋਲ ਖੁੱਲ੍ਹਾ ਸੌਦਾ। ਜਥੇਬੰਦੀ ਕਿਸਾਨ ਮਜ਼ਦੂਰ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਮਿਲ ਰਿਹਾ? ਆ ਜਾਣਾ, ਸਾਰਿਆਂ ਨੇ ਆ ਜਾਣਾ, ਸਾਥੀ ਨੇ ਸਾਡੇ ਸਾਰੇ ਹੀ ਇਕੱਠੇ ਲੜ ਰਹੇ ਮੋਰਚਾ, ਅਸੀਂ ਸਾਡਾ ਕੀ ਹੈ, ਮੈਂ ਮੋਰਚਾ ਇਕੱਠਾ, ਬਾਕੀ ਜਥੇਬੰਦੀਆਂ ਵੀ ਆ ਜਾਣਾ। ਮੇਰਾ ਨਾਮ ਦਲਬਾਗ ਸਿੰਘ ਗਿੱਲ ਆ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਸਟੇਟ ਪ੍ਰੈਜ਼ੀਡੈਂਟ ਆ।